ਚਾਹੇ ਤੁਸੀਂ ਟੋਰਾਂਟੋ ਤੋਂ ਹੋ, ਚਾਹੇ ਤੁਸੀਂ ਅਲਬਰਟਾ ਤੋਂ, ਚਾਹੇ ਤੁਸੀਂ ਬੀਸੀ ਤੋਂ, ਜੇ ਤੁਸੀਂ ਇੱਧਰ ਆਉਣਾ ਨੋਵਾ ਸਕੋਸ਼ੀਆ ਹੈਲੀਫੈਕਸ ਦੇ ਅੰਦਰ ਆਪਦੀ ਗੱਡੀ ਨੂੰ ਨਾਲ ਲੈ ਕੇ, ਤਾਂ ਉਹਨਾਂ ਵਾਲੀ ਵੀਡੀਓ ਬਾਈ ਤੁਹਾਡਾ ਕਿੰਨਾ ਖਰਚਾ ਆਉਣਾ ਇੱਧਰ ਆਉਣ ਸਾਰ ਤੁਹਾਡੀ ਗੱਡੀ ਦੇ ਉੱਤੇ। ਸਭ ਤੋਂ ਪਹਿਲਾਂ ਜਿਹੜਾ ਖਰਚਾ ਹੈਗਾ ਮੇਨ, ਉਹ ਹੈਗਾ ਤੁਹਾਡਾ ਲਾਇਸੈਂਸ ਚੇਂਜ ਕਰਾਉਣਾ। ਤੁਸੀਂ ਚਾਹੇ ਤੁਸੀਂ ਕਿਤੋਂ ਵੀ ਹੋ, ਤੁਹਾਨੂੰ ਇੱਧਰ ਦਾ ਲਾਇਸੈਂਸ ਲੈਣਾ ਪੈਣਾ, ਜਿਹਦੀ ਕੋਸਟ ਆਉਂਦੀ ਹੈ $80। ਉਸ ਤੋਂ ਬਾਅਦ ਤੁਹਾਨੂੰ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਲੈਣੀ ਪੈਣੀ ਹੈ ਨੋਵਾ ਸਕੋਸ਼ੀਆ ਦੀ, ਜਿਹਦੀ ਕੋਸਟ ਆਉਣੀ ਹੈ ਤੁਹਾਡੇ ਐਕਸਪੀਰੀਅੰਸ 'ਤੇ ਡਿਪੈਂਡ ਆ ਭਾਈ, ਉਹ 150 ਤੋਂ ਲੈ ਕੇ 400 ਦੇ ਵਿੱਚ ਆ ਜਾਣੀ ਆ। ਉਸ ਤੋਂ ਇਲਾਵਾ ਜਦੋਂ ਤੁਹਾਡੇ ਕੋਲ ਇੰਸ਼ੋਰੈਂਸ ਹੋ ਗਈ ਅਤੇ ਲਾਇਸੈਂਸ ਹੋ ਗਿਆ, ਫਿਰ ਤੁਸੀਂ ਆਪਦੀ ਗੱਡੀ ਦੀ ਰਜਿਸਟ੍ਰੇਸ਼ਨ ਨਾਲ ਲੈ ਕੇ ਤੁਸੀਂ ਉਹ ਰਜਿਸਟ੍ਰੇਸ਼ਨ ਚੇਂਜ ਕਰਾਉਣਾ ਇੱਧਰਲੇ ਪਾਸੇ ਨੋਵਾ ਸਕੋਸ਼ੀਆ ਅੰਦਰ, ਜਿਹਦੀ ਕੋਸਟ ਆਉਣੀ ਆ $224, ਜਿਹਦੇ ਵਿੱਚ ਤੁਹਾਡੀ ਗੱਡੀ ਵੀ ਇੱਧਰ ਟ੍ਰਾਂਸਫਰ ਹੋ ਜਾਣੀ ਆ ਅਤੇ ਨਾਲ ਤੁਹਾਨੂੰ ਇੱਕ ਨੰਬਰ ਪਲੇਟ ਮਿਲ ਜਾਣੀ ਜਿਹੜੀ ਤੁਹਾਡੀ ਗੱਡੀ ਦੇ ਬੈਕ ਸਾਈਡ ਲੱਗ ਜਾਣੀ ਆ, ਫਰੰਟ 'ਤੇ ਇੱਥੇ ਕੋਈ ਨੰਬਰ ਪਲੇਟ ਨਹੀਂ ਹੁੰਦੀ। ਅਤੇ ਇਸ ਤੋਂ ਬਾਅਦ ਮੈਂ ਡੇਲੀ ਇੱਥੇ ਅਪਡੇਟ ਪਾਉਣਾ ਹੈਲੀਫੈਕਸ ਨੋਵਾ ਸਕੋਸ਼ੀਆ ਰਿਲੇਟਡ, ਡੇਲੀ ਜੋਬਸ 'ਤੇ ਵੀ ਹੋ ਗਏ, ਇੱਥੇ ਕੰਮ ਕਾਰ ਕੀ ਆ ਹਰ ਚੀਜ਼ ਦੇ ਰਿਲੇਟਡ। ਤੁਹਾਨੂੰ ਆਪਣਾ ਕੰਟੈਂਟ ਚੰਗਾ ਲੱਗਿਆ ਫੋਲੋ ਜ਼ਰੂਰ ਕਰਿਓ, ਅਤੇ ਬਾਕੀ ਅਲਵਿਦਾ ਤੁਹਾਨੂੰ ਸਾਰਿਆਂ ਨੂੰ ਵੀਰੇ, ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।